ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ 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 ਹੈਲੋ, ਆ ਜਾਓ ਆ ਜਾਓ ਮੇਰੇ ਵੀਰ ਭਰਾ। ਸਭ ਤੋਂ ਪਹਿਲਾਂ ਤਾਂ ਜੀ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਜਿੰਨੇ ਮੇਰੇ ਵੀਰ ਭਰਾ ਪਹੁੰਚਿਆ, ਆ ਜਾਓ ਵੀਰੇ ਸਾਰੇ ਆ ਜਾਓ। ਕਿੱਦਾਂ ਸਭ? ਵਧੀਆ ਵੀਰੇ, ਕਿਰਪਾ ਜੀ ਕਿਰਪਾ, ਤੁਸੀਂ ਦੱਸੋ। ਹੈਲੋ 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 ਹੈਲੋ, ਰਾਮ 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 ਭਈਆ। ਇੱਕ ਦੋ ਵੀਰੇ ਬੇਨਤੀਆਂ ਕਰਨੀਆਂ ਸੀਗੀਆਂ ਕਿ ਜਿੰਨੇ ਕੁ ਮੇਰੇ ਵੀਰ ਭਰਾ ਮੈਨੂੰ ਵੇਖ ਰਹੇ ਆ, ਸੋ ਸਾਰੇ ਅਤੇ ਜਿਹੜੇ ਅੱਗੇ ਦੀ ਅੱਗੇ ਤੁਹਾਨੂੰ ਵੇਖਣਗੇ, ਇੱਕੋ ਹੀ ਬੇਨਤੀ ਕਰਨੀ ਹੈ ਕਿ ਇੱਕ ਘਰ ਦਾ ਇੱਕ ਇੱਕ ਘਰ ਦਾ ਇੱਕ ਇੱਕ ਜਾਣਾ ਜ਼ਰੂਰ ਪਹੁੰਚੋ ਦਿੱਲੀ। ਸੋ ਇਹ ਲੜਾਈ ਆਪਣੀ ਸਾਰਿਆਂ ਦੀ ਹੈ ਮੇਰੇ ਵੀਰਿਓ, ਇਕੱਲੇ ਇੱਕ ਜਾਣੇ ਦੀ ਨਹੀਂ। ਸੋ ਹੈਲੋ ਹੈਲੋ ਹੈਲੋ, ਸਾਰਿਆਂ ਦੀ ਲੜਾਈ ਹੈ ਬਾਈ, ਆਪਣੀ ਆਪਣੇ ਬਜ਼ੁਰਗਾਂ ਦੀ ਲੜਾਈ ਹੈ। ਜਦੋਂ ਬਜ਼ੁਰਗ ਨਾਲ ਰਲ ਜਾਂਦੇ ਨਾ, ਫਿਰ ਹੌਂਸਲਾ ਹੋਰ ਹੋ ਜਾਂਦਾ। ਬਾਬਾ ਜੀ ਬੈਠੇ ਆ, ਇਸ ਸੰਘਰਸ਼ ਦਾ ਸਾਰੇ ਜਾਣੇ ਹਿੱਸਾ ਬਣੋ ਵੀਰੋ, ਕਿਉਂਕਿ ਇਹ ਇਹ ਇਹੋ ਜਿਹੀ ਲੜਾਈ ਆ ਕਿ ਇਹਨੂੰ ਕਦੇ ਨਹੀਂ ਭੁੱਲ ਸਕਦੇ ਆਪਾਂ। ਇਹ ਇਤਿਹਾਸ ਦੇ ਪੰਨਿਆਂ 'ਤੇ ਲਿਖਿਆ ਜਾਊਗਾ। ਜਿੰਨੇ ਮੇਰੇ ਵੀਰਾਂ ਨੇ ਇੱਥੇ ਹੋਟਲ ਦਿੱਤੇ, ਬਹੁਤ ਬਹੁਤ ਲੱਖ ਲੱਖ ਸਾਜਦਾ ਉਹਨਾਂ ਨੂੰ, ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਆਪਦਾ ਕੰਮ ਛੱਡ ਕੇ, ਉਹਨਾਂ ਦਾ ਇੱਥੇ ਹੋਟਲ ਹੈ ਮੇਰੇ ਵੀਰ ਦਾ। ਕੀ ਨਾਮ ਹੈ ਹੋਟਲ ਦਾ? ਸਵੀਰ, ਸਵੀਰ ਹੋਟਲ ਬਾਈ ਦਾ, ਸਵੀਰ। ਸੋ ਬਾਈ ਨੂੰ ਅਲੱਖ ਅਲੱਖ ਸਾਜਦਾ, ਵੀਰ ਨੂੰ ਸਾਰੇ ਜਾਰੇ ਜ਼ਰੂਰ ਪਹੁੰਚਿਓ, ਇੱਕ ਇੱਕ ਕਰਦਾ ਇੱਕ ਇੱਕ ਜਾਣਾ ਜ਼ਰੂਰ ਪਹੁੰਚਿਓ। ਅਤੇ ਅੱਗੇ ਆਪਾਂ ਉਹਦੇ ਬੱਚਿਆਂ ਨੂੰ ਦੱਸ ਸਕਾਂਗੇ, ਕਿਉਂਕਿ ਕੱਲ੍ਹ ਨੂੰ ਆਪਾਂ ਵੀ ਪਿਓ ਦਾਦੇ ਬਾਨਾ ਦੱਸ ਸਕਾਂਗੇ। ਕਿਸੇ ਇੱਕ ਜਾਣੇ ਦੀ ਲੜਾਈ ਨਹੀਂ, ਜ਼ਮੀਨਾਂ ਦੇ ਨਾਲ ਹੀ ਸਭ ਕੁਛ ਹੁੰਦਾ ਵੀਰੋ। ਨਿੱਕਾ ਕਿਸਾਨ, ਦੁਕਾਨਦਾਰ, ਮਜ਼ਦੂਰ, ਮੇਰਾ ਵੀਰ, ਸਾਰੇ ਇੱਕੋ ਹੀ ਇੱਥੇ। ਜੇ ਜ਼ਮੀਨ ਹੋਊਗੀ ਤਾਂ ਹੀ ਕੁਛ ਹੋਊਗਾ, ਨਹੀਂ ਖਤਮ ਹੈ ਸਭ ਕੁਛ। ਸਾਰਿਆਂ ਨੇ ਆਉਣਾ ਜ਼ਰੂਰ, ਇੱਕੋ ਹੀ ਬੇਨਤੀ ਹੈ ਤੁਹਾਡੇ ਛੋਟੇ ਭਾਈ ਦੀ। ਤੁਹਾਨੂੰ ਮੈਂ ਬਾਬਿਆਂ ਨਾਲ ਗੱਲ ਕਰਾਉਣਾ, ਇੱਕ ਮਿੰਟ ਕੱਢ ਦਿਓ। ਬਾਬਾ ਜੀ, ਬਾਪੂ ਬਾਪੂ, ਆ ਮਾੜਾ ਜਿਹਾ ਤੈਨੂੰ ਵੇਖੀ ਜਾਂਦੇ ਆ ਲੋਕ, ਤੇ ਦੱਸੀ ਮਾੜਾ ਜਿਹਾ ਕਿਵੇਂ ਚੱਲਦਾ ਆਪਣਾ ਸੰਘਰਸ਼? ਹੈਂ, ਫੱਟੇ ਚੱਕੀ ਜਾਂਦੇ ਬਾਈ, ਫੱਟੇ ਮੋਦੀ ਦੇ ਪੂਰੇ ਬੰਦਿਆਂ ਕੋਲੇ ਰਾਸ਼ਨ ਵਾਧੂ ਆ, ਹੌਸਲੇ ਕੋਈ ਕਮੀ ਨਹੀਂ ਕਿਸੇ ਕਿਸਮ ਦੀ, ਕੋਈ ਰਾਸ਼ਨ ਦੀ, ਕੋਈ ਲੀੜੇ ਲੱਤੇ ਦੀ, ਫੁੱਲ ਚੜਾਈ ਆ ਸਾਡੀ, ਫੁੱਲ ਜਿੱਤ ਕੇ ਜਾਵਾਂਗੇ, ਜਿੱਤ ਕੇ ਜਾਵਾਂਗੇ ਤੇ ਪਿੰਡਾਂ ਦੇ ਹਮ ਹਮ ਆ ਕੇ ਆਓ, ਵੱਟੋ ਵੱਟ ਬੰਦੇ ਇੱਥੇ ਆਓ, ਵੱਟੋ ਵੱਟ ਸਹੀ ਗੱਲ, ਪਾਵਰ ਬਣਨੀ ਆਪਣੀ, ਫੇਰ ਪਾਵਰ ਬਣਨੀ ਏਕਤਾ ਨਾਲ ਹੀ ਹੈ ਸਾਰਾ ਕੁਛ। ਸੋ ਸਾਰੇ ਮੇਰੇ ਵੀਰ ਭਰਾ ਜ਼ਰੂਰ ਪਹੁੰਚਿਓ, ਆਪਣੇ ਬਜ਼ੁਰਗਾਂ ਦੇ ਕਰਕੇ, ਆਪਣੇ ਬੱਚਿਆਂ ਦੇ ਕਰਕੇ, ਆਪਣੀਆਂ ਜ਼ਮੀਨਾਂ ਦੇ, ਆਪਣੇ ਜ਼ਮੀਰ ਦੇ ਕਰਕੇ। ਹਾਂ, ਆਪਣਾ ਇੱਕ ਗਾਣਾ ਸੀ ਦਿੱਲੀ ਵਾਲਾ, ਉਹ ਸੀਗਾ ਕਿ ਅੰਨੀ ਹੋਈ ਬੈਠੀ ਨੂੰ ਹਾਲਾਤ ਨੀ ਦਿਖੇ, ਟੰਗੇ ਬੋੜੇ ਉੱਤੇ ਰਹਿ ਗਏ ਜਜ਼ਬਾਤ ਨੀ ਦਿਖੇ। ਹੋਰ ਬਾਬਾ ਜੀ, ਉਹ ਟੰਗੇ ਬੋੜੀ ਉੱਤੇ ਰਹਿ ਗਏ ਜਜ਼ਬਾਤ ਨੀ ਦਿਖੇ, ਕਈ ਸਾਲਾਂ ਤੋਂ ਨੇ ਸਾਂਭ ਸਾਂਭ ਰੱਖੀਆਂ, ਕਈ ਸਾਲਾਂ ਤੋਂ ਨੇ ਸਾਂਭ ਸਾਂਭ ਰੱਖੀਆਂ, ਗੋਲੀ ਇਹਨਾਂ ਦੀ ਦਾ ਤੇਰੇ ਵੱਲ ਰੂਟ ਨਾ ਆ ਜੇ, ਇੰਨਾ ਕੁ ਤੂੰ ਦਿੱਲੀ ਐ ਖਿਆਲ ਰੱਖ ਲਈ, ਕਹੀ ਵਾਲੇ ਮੋਢੇ ਤੇ ਬੰਦੂਕ ਨਾ ਆ ਜੇ। ਸੋ ਇੱਕੋ ਹੀ ਗੁਜ਼ਾਰਿਸ਼ ਹੈ ਕਿ ਸਾਨੂੰ, ਅਸੀਂ ਆਪਦਾ ਹੱਕ ਮੰਗਦੇ ਹਾਂ, ਅਸੀਂ ਆਪਦਾ ਹੱਕ ਮੰਗਦੇ ਹਾਂ। ਜਿੰਨੇ ਵੀ ਮੇਰੇ ਵੀਰ ਭਰਾ ਵੇਖ ਰਹੇ ਆ, ਆਪਾਂ ਸਾਰੇ ਜਾਣੇ ਵੀਰੇ
ਕਿਸੇ ਇੱਕ ਜਣੇ ਦੀ ਲੜਾਈ ਨਹੀਂ। ਮੈਂ ਬਾਰ ਬਾਰ ਕਹਿ ਰਿਹਾ ਆਪਾਂ ਆਪਦਾ ਹੱਕ ਮੰਗਦੇ ਹਾਂ ਤੇ ਆਪਾਂ ਨੂੰ ਇਹ ਹੱਕ ਮਿਲਣਾ ਚਾਹੀਦਾ। ਇਹ ਹੱਕ ਤਾਂ ਹੀ ਮਿਲਣਾ ਜੇ ਆਪਾਂ ਇੱਕ ਰਵਾਂਗੇ। ਜੇ ਆਪਾਂ ਇੱਕ ਰਵਾਂਗੇ ਤੇ ਇੱਕੋ ਹੀ ਮੇਰੀ ਬੇਨਤੀ ਹੈ ਮੇਰੇ ਵੀਰ, ਟਾਈਮ ਕੱਢ ਕੇ ਦਿੱਲੀ ਦਾ ਗੇੜਾ ਜ਼ਰੂਰ ਲਾ ਕੇ ਜਾਇਓ ਤੇ ਘਰ ਦਾ ਇੱਕ ਇੱਕ ਜੀ ਤਾਂ ਜ਼ਰੂਰ ਪਹੁੰਚਿਓ। ਆਹ ਮੇਰੇ ਇੱਥੇ ਵੀਰ ਪਏ ਆ ਸਾਰੇ। ਬਜ਼ੁਰਗ ਸੋ ਜ਼ਰੂਰ ਪਹੁੰਚਿਓ। ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਜਿੰਦਾਬਾਦ ਹੈ, ਜਿੰਦਾਬਾਦ ਸੀ ਤੇ ਜਿੰਦਾਬਾਦ ਹੀ ਰਹੂ, ਇਨਕਲਾਬ ਜਿੰਦਾਬਾਦ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਭੁੱਲ ਚੁੱਕ ਮਾਫ਼ ਕਰਨੀ ਛੋਟੇ ਵੀਰ ਸਮਝ ਕੇ ਤੇ ਜ਼ਰੂਰ ਪਹੁੰਚਿਓ। ਸਤਿ ਸ਼੍ਰੀ ਅਕਾਲ।